ਤੇ ਹੁਣ ਅਗਲੀ ਖਬਰ ਪੰਜਾਬ ਦੇ ਬਠਿੰਡਾ ਤੋਂ ਜਿੱਥੇ ਪੰਜਾਬ ਪੁਲਿਸ ਨੇ ਮੋੜ ਮੰਡੀ ਬਲਾਸਟ ਮਾਮਲੇ ਵਿੱਚ ਦੋ ਵਿਅਕਤੀਆਂ ਦੇ ਸਕੈਚ ਜਾਰੀ ਕਰ ਦਿੱਤੇ ਨੇ। ਤਕਰੀਬਨ ਕੁਝ ਮਹੀਨੇ ਬੀਤ ਜਾਣ ਦੇ ਬਾਅਦ ਵੀ ਪੁਲਿਸ ਦੇ ਹੱਥ ਹਾਲੇ ਤੱਕ ਕੁਝ ਨਹੀਂ ਲੱਗਾ। ਪੁਲਿਸ ਦੀ ਢਿੱਲੀ ਕਾਰਵਾਈ ਦੇ ਕਾਰਨ ਲੋਕ ਵੀ ਕਈ ਵਾਰ ਪ੍ਰਦਰਸ਼ਨ ਕਰ ਚੁੱਕੇ ਨੇ, ਜਿਸ ਦੇ ਚੱਲਦਿਆਂ ਹੁਣ ਪੰਜਾਬ ਪੁਲਿਸ ਨੇ ਦੋ ਵਿਅਕਤੀਆਂ ਦੇ ਸਕੈਚ ਜਾਰੀ ਕਰਵਾਏ ਨੇ। ਘਟਨਾ ਸਥਾਨ ਤੇ ਉਸ ਸਮੇਂ ਦੋ ਚਸ਼ਮਦੀਦ ਮੌਜੂਦ ਸਨ, ਜਿਨ੍ਹਾਂ ਨੇ ਦੋਸ਼ੀਆਂ ਦੇ ਸਕੈਚ ਬਣਵਾਉਣ ਵਿੱਚ ਪੁਲਿਸ ਦੀ ਮਦਦ ਕੀਤੀ ਹੈ। ਪੁਲਿਸ ਨੇ ਇਹ ਸਕੈਚ ਜਾਰੀ ਕਰ ਦਿੱਤੇ ਨੇ ਅਤੇ ਹੁਣ ਇਹਨਾਂ ਦੋਹਾਂ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਹ ਬਲਾਸਟ 31 ਦਸੰਬਰ ਨੂੰ ਹੋਇਆ ਸੀ, ਜਿਸ ਵਿੱਚ ਤਕਰੀਬਨ 9 ਲੋਕਾਂ ਦੀ ਮੌਤ ਹੋ ਗਈ। ਇਹ ਮਸਲੇ 'ਚ 31 ਤਰੀਕ ਤੋਂ ਬਾਅਦ ਜੋ ਜਿਹੜਾ ਬਲਾਸਟ ਹੋਇਆ ਸੀ, 31 ਤੋਂ ਬਾਅਦ ਜੋ ਵੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ, ਕੋਈ ਚਸ਼ਮਦੀਦ ਗਵਾਹ ਸੀ ਜਾਂ ਜਿਸਨੇ ਵੀ ਮਾੜਾ ਮੋਟਾ ਦੇਖਿਆ ਸੀਗਾ, ਉਹਨਾਂ ਦੀ ਮੈਮਰੀ ਦੇ ਬੇਸ 'ਤੇ ਅਸੀਂ ਐਕਸਪਰਟਸ ਤੋਂ ਦੋ ਸਕੈਚ ਜਾਰੀ ਕਰਵਾਏ ਨੇ ਅਤੇ ਅੱਜ ਉਹ ਪਬਲਿਕ ਕਰਦੇ ਗਏ ਨੇ। ਐਂਡ ਆਈ ਹੋਪ ਕਿ ਉਹਦੇ ਨਾਲ ਸਾਨੂੰ ਕੁਛ ਨਾ ਕੁਛ ਜ਼ਰੂਰ ਲੀਡ ਆਊਟ ਮਿਲੇ। ਦੇਖੋ ਜਿਹੜੇ ਸਕੈਚ ਨੇ, ਸਕੈਚ ਤਾਂ ਅਸੀਂ ਹੈਲਪ ਲੈਣ ਵਾਸਤੇ ਕੀਤੇ ਕਿ ਜੇ ਕਿਸੇ ਨੂੰ ਲੱਗਦਾ ਕਿ ਇਸ ਸਕੈਚ ਦੇ ਬਿਲਕੁਲ ਨੇੜੇ ਤੇੜੇ ਕੋਈ ਚਿਹਰਾ ਹੈਗਾ ਤਾਂ ਸਾਨੂੰ ਜ਼ਰੂਰ ਕੰਟੈਕਟ ਕੀਤਾ ਜਾਵੇ। ਇਸ ਕਰਕੇ ਸਪੈਸ਼ਲੀ ਅਸੀਂ ਆਪਦੇ ਨੰਬਰ ਵੀ ਪ੍ਰੋਵਾਈਡ ਕੀਤੇ ਆ ਤਾਂ ਕਿ ਦਿਨ ਸਮੇਂ ਰਾਤ ਸਮੇਂ ਕਿਸੇ ਨੂੰ ਵੀ ਜੇ ਲੱਗਦਾ ਹੋਵੇ ਕਿ ਇਹਦੇ ਕਾਫੀ ਨੇੜੇ ਦਾ ਹੁਲੀਆ ਮੈਂ ਦੇਖਿਆ ਜਾਂ ਮੈਂ ਕਿਸੇ ਨੂੰ ਜਾਣਦਾ ਤਾਂ ਸਾਡੇ ਤੱਕ ਇਨਫੋਰਮੇਸ਼ਨ ਦੇ।